हेलो एवरीवन, सत श्री अकाल सारिया नूं। तुहाडा बहुत बहुत स्वागत है अज दी क्लास। अज आपां करन जा रहे हां पंजाब स्कूल एजुकेशन बोर्ड दी 8वीं क्लास दी गणित मैथ्स दी किताब ते उहदा 6वां चैप्टर क्यूब एंड क्यूब रूट्स। देखो जिवें आपां 5वें चैप्टर दे विच स्क्वायर ते स्क्वायर रूट्स पढ़े सी, जिवें 2 दा स्क्वायर जे आपां करना होए तां 2 मल्टीप्लाइड बाय 2 हुंदा है, उवें ही 2 दा जे क्यूब करना होए उहनूं 3 वार मल्टीप्लाई करना पैणा है। ਇਦਾਂ ਹੀ ਆਪਾਂ ਕਿਊਬ ਪੜ੍ਹਨੇ, ਬਿਲਕੁਲ ਸੇਮ ਚੀਜ਼ ਹੈਗੀ ਹੈ ਜਿਵੇਂ ਸਕੁਐਰ ਸੀਗੇ। ਤੇ ਕਿਊਬ ਦੇ ਵਿੱਚ 3 ਵਾਰ ਮਲਟੀਪਲਾਈ ਕਰਨਾ ਹੈ, ਉਹੀ ਗੱਲ ਇੱਥੇ ਦੱਸੀ ਗਈ ਹੈ। ਜਿਵੇਂ 8 ਦਾ ਕਿਊਬ ਕੀ ਹੋ ਗਿਆ, 8 ਮਲਟੀਪਲਾਈਡ ਬਾਈ 8 ਮਲਟੀਪਲਾਈਡ ਬਾਈ 8। ਜੇ ਆਪਾਂ ਇਹਨੂੰ ਸੋਲਵ ਕਰੀਏ ਤਾਂ ਪਹਿਲਾਂ ਆਪਾਂ ਜੇ 8 ਨੂੰ 8 ਦੇ ਨਾਲ ਮਲਟੀਪਲਾਈ ਕਰਦੇ ਹਾਂ, ਉਹ ਆ ਜਾਂਦਾ ਹੈ 64। ਫਿਰ ਉਹਨੂੰ 8 ਨਾਲ ਮਲਟੀਪਲਾਈ ਕਰੋਗੇ 512 ਆ ਜਾਏਗਾ। ਉਵੇਂ ਹੀ 12 ਦਾ ਕਿਊਬ, ਪਹਿਲਾਂ 12 ਨੂੰ 12 ਨਾਲ ਮਲਟੀਪਲਾਈ ਕਰੋਗੇ 144, ਉਹਨੂੰ 12 ਨਾਲ ਮਲਟੀਪਲਾਈ ਕਰੋਗੇ 1728। ਉਵੇਂ ਹੀ 7 ਦਾ ਕਿਊਬ, ਠੀਕ ਹੈ। ਉਵੇਂ ਹੀ ਇੱਥੇ 2 ਦਾ ਕਿਊਬ ਵੀ ਦੱਸਿਆ ਗਿਆ। ਆ ਦੇਖੋ 1 ਦਾ ਕਿਊਬ 8, 8 ਜਿਹੜਾ ਹੈਗਾ ਉਹ ਕਿਸ ਚੀਜ਼ ਦਾ ਕਿਊਬ ਹੈਗਾ, 2 ਦਾ 27 ਕਿਸ ਦਾ ਕਿਊਬ ਹੈਗਾ, 3 ਦਾ 64 ਕਿਸ ਦਾ ਕਿਊਬ ਹੈਗਾ, 4 ਦਾ 125 ਕਿਸ ਨੰਬਰ ਨੂੰ 3 ਵਾਰ ਮਲਟੀਪਲਾਈ ਕਰੀਏ ਕਿ 125 ਆਏਗਾ 5 ਨੂੰ, ਠੀਕ ਹੈ। ਜੇ ਆਪਾਂ ਇਹਦਾ ਜਵਾਬ ਦਈਏ ਵੀ 9 ਇੱਕ ਪਰਫੈਕਟ ਕਿਊਬ ਹੈਗਾ ਜਾਂ ਨਹੀਂ, ਨਹੀਂ, ਕਿਉਂਕਿ 9 ਇੱਕ ਪਰਫੈਕਟ ਸਕੁਐਰ ਹੈਗਾ। 3 ਨੂੰ 2 ਵਾਰ ਮਲਟੀਪਲਾਈ ਕਰਾਂਗੇ ਤਾਂ 9 ਆਉਂਦਾ ਹੈ, ਤਾਂ ਇਹ ਕਹਿ ਸਕਦੇ ਹਾਂ ਕਿ ਇਹ ਪਰਫੈਕਟ ਸਕੁਐਰ ਹੈਗਾ, ਕਿਊਬ ਨਹੀਂ ਹੈਗਾ। ਹੁਣ ਇੱਥੇ ਸਾਰੇ ਨੰਬਰ ਲਿਖੇ ਗਏ ਨੇ ਤੇ ਉਹਨਾਂ ਦੇ ਕਿਊਬਸ ਵੀ ਦੱਸੇ ਗਏ ਨੇ, ਜਿਵੇਂ 1 ਇਹਦਾ ਕਿਊਬ 1, 2 ਦਾ 2 ਨੂੰ 3 ਵਾਰ ਮਲਟੀਪਲਾਈ ਕਰੋਗੇ 8, 3 ਨੂੰ 3 ਵਾਰ 27, 4 ਨੂੰ 4 ਵਾਰ 64। ਹੁਣ ਤੁਸੀਂ ਦੇਖੋਗੇ ਧਿਆਨ ਨਾਲ, ਜੇ ਕਿਸੇ ਨੰਬਰ ਦੇ ਪਿੱਛੇ 1 ਹੈਗਾ ਤੇ ਉਸ ਨੰਬਰ ਦਾ ਕਿਊਬ ਹੈ, ਜਿਵੇਂ 21 ਦਾ ਕਿਊਬ ਹੈ, ਤੁਹਾਨੂੰ ਪਤਾ ਹੈ ਪਿੱਛੇ 1 ਹੈਗਾ ਤੇ ਆਨਸਰ ਵਿੱਚ ਪਿੱਛੇ ਕੀ ਆਏਗਾ 1। ਉਵੇਂ ਹੀ ਜੇ 22 ਦਾ ਕਿਊਬ ਹੈਗਾ, ਪਿੱਛੇ 2 ਹੈਗਾ, 2 ਦਾ ਕਿਊਬ ਕੀ ਹੋ ਜਾਏਗਾ 8। ਉਵੇਂ ਹੀ ਜੇ 23 ਦਾ ਕਿਊਬ ਹੈਗਾ, 3 ਹੈਗਾ ਪਿੱਛੇ, ਆਨਸਰ ਦੇ ਵਿੱਚ ਅਖੀਰ ਦੇ ਵਿੱਚ ਕੀ ਆਏਗਾ 7, ਕਿਉਂਕਿ 3 ਦੇ ਕਿਊਬ ਦੇ ਵਿੱਚ 27 ਆਂਦਾ ਹੈ, ਆਖਰੀ ਵਾਲਾ ਤੁਸੀਂ ਯਾਦ ਰੱਖਣਾ, ਠੀਕ ਹੈ। ਉਹੀ ਗੱਲ ਇੱਥੇ ਦੱਸੀ ਗਈ ਹੈ, 4 ਦਾ ਕਿਊਬ, 5 ਦਾ, 6 ਦਾ, 7 ਦਾ, 8 ਦਾ, 9 ਦਾ, 10 ਦਾ ਤੇ 20 ਦਾ। ਜੇ ਪਿੱਛੇ 0 ਹੈ ਤਾਂ 0 ਆਏਗਾ ਆਨਸਰ ਦੇ ਵਿੱਚ, ਕਿਊਬ ਦੇ ਵਿੱਚ। ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਹੁਣ ਇੱਥੇ ਦੱਸਿਆ ਗਿਆ ਵੀ 1 ਦਾ ਕਿਊਬ ਜਿਵੇਂ 1 ਹੈ, 11 ਦਾ ਕਿਊਬ 1331 ਹੈ, ਯਾਨੀ ਪਿੱਛੇ 1 ਹੈ ਨਾ, ਦੇਖੋ 1 ਆ ਰਿਹਾ, 1 ਦੇ ਵਿੱਚ 1, ਇੱਥੇ ਪਿੱਛੇ 1 ਹੈ ਇਹ ਆ ਗਿਆ, ਇੱਥੇ 1 ਹੈ ਇਹ ਆ ਗਿਆ, 1 ਹੈ, ਯਾਨੀ ਜੇ ਨੰਬਰ ਦੇ ਵਿੱਚ 1 ਪਲੇਸ ਤੇ 1 ਹੈ ਤੇ ਆਨਸਰ ਦੇ ਵਿੱਚ ਵੀ ਕੀ ਆ ਜਾਏਗਾ, 1 ਆਏਗਾ। ਹੁਣ ਜਿਵੇਂ ਇੱਥੇ ਦੱਸਿਆ ਗਿਆ ਹੈ, ਵਾਟ ਸ਼ੁਡ ਬੀ ਦਾ 1 ਡਿਜਿਟ ਆਫ ਦਾ ਕਿਊਬ ਆਫ ਈਚ ਆਫ ਦਾ ਫੋਲੋਇੰਗ, ਟੈਲ ਵਿਦਆਊਟ ਐਕਚੁਅਲ ਕੈਲਕੂਲੇਸ਼ਨ। ਆਪਾਂ ਐਕਚੁਅਲੀ ਕੈਲਕੂਲੇਟ ਨਹੀਂ ਕਰਨਾ, ਪਰ ਉਦਾਂ ਦੱਸਣਾ ਵੀ ਜੇ ਪਿੱਛੇ 1 ਹੈ ਤੇ ਕਿਊਬ ਹੈਗਾ ਇਸ ਨੰਬਰ ਦਾ, ਆਨਸਰ ਦੇ ਵਿੱਚ ਕੀ ਆਏਗਾ। ਦੇਖੋ 1 ਦਾ ਕਿਊਬ ਆਨਸਰ 1, 2 ਹੈਗਾ ਪਿੱਛੇ ਤਾਂ ਆਨਸਰ ਦੇ ਵਿੱਚ ਕੀ ਆਏਗਾ 8, ਇਹਦੇ ਤੋਂ ਪ੍ਰੂਫ ਹੋ ਗਿਆ। ਜੇ 3 ਹੈਗਾ ਆਨਸਰ ਦੇ ਵਿੱਚ ਕੀ ਆ ਜਾਏਗਾ ਪਿੱਛੇ 7, 27 ਹੀ ਕੱਲਾ 7 ਇੱਕ ਡਿਜਿਟ। ਜੇ ਪਿੱਛੇ 4 ਹੈਗਾ ਤਾਂ ਤੁਹਾਨੂੰ ਪਤਾ ਹੈ, ਆ ਦੇਖੋ ਪਿੱਛੇ 4 ਆ ਗਿਆ ਕਿਉਂਕਿ 64 ਹੈਗਾ। ਹੁਣ ਇੱਥੇ ਕੀ ਹੈ, ਫਾਈਂਡ ਕਿਊਬ ਆਫ 13, 13 ਦਾ ਕਿਊਬ ਲੱਭਣਾ ਹੈ। ਇਹਨੂੰ ਇਦਾਂ ਲਿਖਦੇ ਆ 13 ਦਾ ਕਿਊਬ, ਜਿਵੇਂ ਸਕੁਐਰ ਇਦਾਂ ਕਰਕੇ ਲਿਖਦੇ ਆ, ਕਿਊਬ ਇਸ ਤਰੀਕੇ ਦੇ ਨਾਲ ਲਿਖਿਆ ਜਾਂਦਾ ਹੈ 13 ਦਾ ਕਿਊਬ। 13 ਨੂੰ ਜੇ ਆਪਾਂ 3 ਵਾਰ ਗੁਣਾ ਕਰਾਂਗੇ 13 ਮਲਟੀਪਲਾਈਡ ਬਾਈ 13 ਮਲਟੀਪਲਾਈਡ ਬਾਈ 13, ਉਹ ਆ ਜਾਏਗਾ 2197। ਉਵੇਂ ਹੀ -4 ਦਾ ਕਿਊਬ, ਇਦਾਂ ਮਾਈਨਸ ਮਾਈਨਸ ਪਲੱਸ ਹੋ ਗਿਆ, ਪਲੱਸ ਮਾਈਨਸ ਮਾਈਨਸ ਆ ਗਿਆ, ਮਾਈਨਸ ਦੇ ਵਿੱਚ ਆਨਸਰ ਆਏਗਾ, ਠੀਕ ਹੈ। 4 4s are 16, 16 ਨੂੰ 4 ਨਾਲ ਮਲਟੀਪਲਾਈ ਕੀਤਾ 64। ਉਵੇਂ ਹੀ 3/8 ਦਾ ਕਿਊਬ, 3 ਨੂੰ 3 ਵਾਰ ਮਲਟੀਪਲਾਈ ਕਰੋ, 8 ਨੂੰ 8 3 ਵਾਰ ਮਲਟੀਪਲਾਈ ਕਰੋ, ਇਹ ਆ ਗਿਆ 27/512। ਐਵੇਂ ਹੀ 2.1 ਦਾ ਕਿਊਬ, ਦੇਖੋ ਸਭ ਤੋਂ ਪਹਿਲਾਂ ਜਦ ਤੁਸੀਂ 2.1 ਨੂੰ ਮਲਟੀਪਲਾਈ ਕਰੋਗੇ 2.1 ਦੇ ਨਾਲ, ਜੇ ਤੁਸੀਂ ਇਦਾਂ ਲਓ ਵੀ 21 21 ਨਾਲ ਮਲਟੀਪਲਾਈ ਕਰਨਾ ਤਾਂ 441 ਆਏਗਾ, 1 2, ਡੈਸੀਮਲ ਤੋਂ ਬਾਅਦ 2 ਨੰਬਰ ਨੇ, ਇੱਥੋਂ 2 ਛੱਡ ਦੋ, ਇਹ ਆ ਜਾਏਗਾ। ਹੁਣ ਇਹਨੂੰ ਮਲਟੀਪਲਾਈ ਕਰਨਾ ਤੁਸੀਂ 2.1 ਦੇ ਨਾਲ, ਹੈ ਨਾ, ਤੇ ਤੁਹਾਡੇ ਕੋਲ ਆਨਸਰ ਆਏਗਾ 9261। 1 2 3, 3 ਡਿਜਿਟ ਨੇ ਡੈਸੀਮਲ ਤੋਂ ਬਾਅਦ, ਇੱਥੇ ਛੱਡ ਦੋ 1 2 3, ਆਨਸਰ ਆ ਜਾਏਗਾ 9.261। ਆ ਦੇਖ ਅਗਲਾ, ਫਾਈਂਡ ਦ ਵੋਲਿਊਮ ਆਫ ਅ ਕਿਊਬ
हैविंग साइड 3 सेंटीमीटर जे वॉल्यूम कटन लेके है क्यूब दा ता ओदा फॉर्मूला हुंदा है साइड दा क्यूब यानी 3 सेंटीमीटर दा क्यूब 3 × 3 × 3 हो गया 27 सेंटीमीटर दे उत्ते आ गया क्यूब। अगला व्हाट शुड बी द वंस डिजिट, ए दा वंस डिजिट दसना है कैलकुलेट किते बिना तुसी दसना है। जे पीछे 1 हैगा ता की आ जाएगा 1 सी प्लेस ते 1 आ जाएगा। जे पीछे 4 हैगा ता असी देखिया सी इथे 64 आ रिया सी पीछे 4 आ जाएगा इथे। जे मान लो पीछे 9 हैगा ता की आ जाएगा 1 सी प्लेस ते 9। जे पीछे 5 हैगा फिर आ जाएगा 5। जे पीछे 7 हैगा ता 3 आ जाऊगा। जे पीछे 0 है 0 नु जिन्नी मर्जी मार मल्टीप्लाई कर लो 0 दे विच ही आंसर आएगा ते इथे आ जाएगा 0। आगे चलते हैं फाइंड द क्यूब ऑफ द फॉलोइंग नंबर्स, इना दा क्यूब लभना है। चलो ये तो सौखा हो गया। ਜਿਵੇਂ ਸਭ ਤੋਂ ਪਹਿਲਾ ਨੰਬਰ ਜਿਹੜਾ ਹੈਗਾ ਉਹ ਹੈਗਾ ਜੀ ਸਾਡੇ ਕੋਲ -9। -9 ਆਪਾਂ ਲੱਭਣਾ ਹੈ -9 ਦਾ ਕਿਊਬ ਹੋ ਗਿਆ -9 × -9 × -9। ਜੇ ਤੁਸੀਂ ਮਾਈਨਸ ਮਾਈਨਸ ਨੂੰ ਦੋ ਵਾਰ ਮਲਟੀਪਲਾਈ ਕਰਦੇ ਹੋ ਕੀ ਹੋ ਗਿਆ ਸਾਡੇ ਕੋਲ ਪਲੱਸ 9 × 9 81 ਪਲੱਸ ਦਾ -9 ਇਹੀ ਆਏਗਾ। ਇਹਨੂੰ ਮਲਟੀਪਲਾਈ ਕਰੋਗੇ आंसर माइनस दे विच 729 आ जाएगा। उवे ही अगला पार्ट ओदे विच कहा गया है क्यूब लभना है आपां 16 दा। 16 दा क्यूब तुसी लिखोगे 16 × 16 × 16 ए आ गया 4096 जब तुसी 3 बार मल्टीप्लाई करोगे। ठीक है जी। ਉਵੇਂ ਹੀ ਅਗਲਾ ਪਾਰਟ ਉਹਦੇ ਵਿੱਚ ਕਿਹਾ ਗਿਆ ਹੈ ਕਿਊਬ ਲੱਭਣਾ ਹੈ -14 ਦਾ। ਐਵੇਂ ਲਿਖੋਗੇ -14 ਦਾ ਕਿਊਬ -14 × -14 × -14 ਮਾਈਨਸ ਮਾਈਨਸ ਪਲੱਸ ਪਲੱਸ ਮਾਈਨਸ ਕੀ ਹੁੰਦਾ ਮਾਈਨਸ ਆਨਸਰ ਆ ਗਿਆ 2744। ਅਗਲਾ ਹੈਗਾ 1/13 ਤੇ ਆਪਾਂ ਇਸ ਦਾ ਹੁਣ ਆਪਾਂ ਕਿਊਬ ਲੱਭਣਾ ਹੈ। ਇਹ ਆ ਗਿਆ 1/13 ਦਾ ਕਿਊਬ 1 × 1 × 1 13 × 13 × 13 हो गया 1/2197। अगे चलते हैं पंजवा पार्ट ओदे विच कहा गया 8/7 यानी 8/7 का क्यूब हो गया साडे कोल 8 × 8 × 8/7 × 7 × 7 आ गया 512/343। ਉਵੇਂ ਹੀ 2.4 ਦਾ ਕਿਊਬ ਲੱਭਣਾ ਹੈ। ਇਹਨੂੰ ਇਦਾਂ ਦੇਖੋ ਇਹ ਦੋਨੋਂ ਬਰਾਬਰ ਨਹੀਂ ਇਸੇ ਕਰਕੇ ਇਕੁਅਲ ਟੂ ਨਹੀਂ ਪਾਇਆ ਮੈਂ। ਇਹ ਹੋ ਗਿਆ 2.4 × 2.4 ਡੈਸੀਮਲ ਦੇਖ ਕੇ ਲਾਇਓ। ਜੇ ਸਿੰਪਲ ਮਲਟੀਪਲਾਈ ਕਰੋਗੇ ਤਾਂ ਇਹ ਨੰਬਰ ਆ ਜਾਏਗਾ 1, 2, 3 ਡਿਜਿਟ ਨੇ ਡੈਸੀਮਲ ਤੋਂ ਬਾਅਦ ਤੇ ਮੈਂ 3 ਛੱਡ ਕੇ ਡੈਸੀਮਲ ਲਾਤਾ। ਅਗਲਾ ਦੇਖੋ ਦਿੱਤਾ ਹੋਇਆ 0.002 ਇਹਦੇ ਵਿੱਚ ਸਿੰਪਲ ਇਹ ਹੈ ਵੀ 2 ਦਾ ਕਿਊਬ ਹੈਗਾ ਹੈ ਨਾ ਇਹੀ ਮਤਲਬ ਹੋਇਆ ਕਿਉਂਕਿ ਅੱਗੇ 00 ਦਾ ਕੋਈ ਮਤਲਬ ਨਹੀਂ ਹੁੰਦਾ। ਜੇ ਤੁਸੀਂ 2 ਨੂੰ ਮੰਨ ਲਓ ਐਦਾਂ ਪਹਿਲਾਂ ਆਪਾਂ ਲਿਖ ਦਿੰਦੇ ਇਹਦਾ ਮਤਲਬ ਇਹ ਹੈਗਾ ਵੈਸੇ 2 ਨੂੰ 3 ਵਾਰ ਮਲਟੀਪਲਾਈ ਕਰੋਗੇ 8 ਆ ਗਿਆ। ਹੁਣ ਦੇਖੋ ਡੈਸੀਮਲ ਤੋਂ ਬਾਅਦ ਕਿੰਨੇ ਡਿਜਿਟ ਨੇ 1, 2, 3, 4, 5, 6, 7, 8, 9 ਇੱਥੇ ਵੀ 9 ਹੋਣੇ ਚਾਹੀਦੇ ਨੇ 1, 2, 3, 4, 5, 6, 7, 8, 9 ਫੇਰ ਡੈਸੀਮਲ ਫੇਰ ਇੱਥੇ 0 ਐਦਾਂ ਆਏਗਾ। ਦੇਖ ਲਓ ਇੱਥੇ ਡੈਸੀਮਲ ਤੋਂ ਬਾਅਦ ਵੀ 9 ਨੇ ਇੱਥੇ ਵੀ ਕੁੱਲ ਮਿਲਾ ਕੇ 9 ਹੈਗੇ ਨੇ ਡੈਸੀਮਲ ਤੋਂ ਬਾਅਦ। ਅੱਗੇ ਚੱਲਦੇ ਹਾਂ ਅਗਲੇ ਪਾਰਟ ਦੇ ਵਿੱਚ ਕਿਹਾ ਗਿਆ ਹੈ 9.9 ਦਾ ਕਿਊਬ। 9.9 ਦਾ ਕਿਊਬ ਇਹਨੂੰ ਆਪਾਂ ਲਿਖਾਂਗੇ 9.9 × 9.9 × 9.9 ਸਿੰਪਲ ਤੁਸੀਂ ਮਲਟੀਪਲਾਈ ਕਰ ਸਕਦੇ ਹੋ 99 × 99 ਤੇ ਜੋ ਆਨਸਰ ਹੈ ਉਹਨੂੰ 99 ਨਾਲ ਮਲਟੀਪਲਾਈ। ਮੰਨ ਲਓ ਤੁਸੀਂ ਮਲਟੀਪਲਾਈ ਕਰਕੇ ਇਹ ਆਨਸਰ ਲੈ ਆਏ। ਹੁਣ ਡੈਸੀਮਲ ਕਿਵੇਂ ਲਾਣਾ ਹੈ 1, 2, 3 ਨੇ ਡੈਸੀਮਲ ਤੋਂ ਬਾਅਦ 1, 2, 3 ਛੱਡ ਕੇ ਇੱਥੇ ਆ ਜਾਏਗਾ ਸਾਡੇ ਕੋਲ ਡੈਸੀਮਲ ਸਿੰਪਲ ਆ। ਉਵੇਂ ਹੀ 1.01 ਦਾ ਕਿਊਬ ਕੀ ਹੋ ਜਾਏਗਾ 1.01 × 1.01 × 1.01
सिंपल तुसी 101 नू 101 नाल मल्टीप्लाई कर लो, जो आंसर आया ओनू 101 नाल मल्टीप्लाई कर लो, ए आ जाएगा। हुण डेसिमल किवें लाना है, 1 2 3 4 5 6, 1 2 3 4 5 6 ए छड़ के इत्थे आ जाएगा साडे कोल डेसिमल। ईजी हो गया। अगला सेकंड क्वेश्चन हो गया तीजा। फाइंड वॉल्यूम ऑफ क्यूब हैविंग साइड, देखो जेडी क्यूब है उदी साइड दिती गई है, जेड़ा वॉल्यूम हुंदा है उदा फॉर्मूला हुंदा है साइड दा क्यूब। ठीक है, सिंपल है क्या क्वेश्चन। साइड किन्नी दिती गई है, 4 सेंटीमीटर। इथे आपा लिख लेंदे हां वॉल्यूम ऑफ क्यूब इज इक्वल टू की हुंदा है साइड दा क्यूब, 4 सेंटीमीटर दा क्यूब, ए ब्रैकेट ध्यान ना लायो एक ना लगे, 4 सेंटीमीटर मल्टीप्लाइड बाय 4 सेंटीमीटर मल्टीप्लाइड बाय 4 सेंटीमीटर, ए हो गया 4 4 4 नू 3 बार कीता 64 सेंटीमीटर क्यूब, ए लिखना जरूरी है। ओवे ही बी पार्ट, साइड दिती गई है 15 सेंटीमीटर साइड, वॉल्यूम दा फॉर्मूला साइड दा क्यूब, 15 सेंटीमीटर दा क्यूब, 15 मल्टीप्लाइड बाय 15 मल्टीप्लाइड बाय 15, ए आ गया 3375 सेंटीमीटर क्यूब। जे नहीं लिखिया तो नंबर कट जाएंगे। तीजा पार्ट 17, साइड हैगी है 17, 17 सेंटीमीटर दा क्यूब, 17 मल्टीप्लाइड बाय 17 मल्टीप्लाइड बाय 17, 3 बार मल्टीप्लाई कीता ये आ गया 4913 सेंटीमीटर क्यूब दे विच आंसर। अगला पार्ट है 2.3, ध्यान नाल 2.3, 2.3 यानी 2.3 नू आपा 3 बार मल्टीप्लाई करना है। जब मल्टीप्लाई करूंगे 1 2 1 6 7 आएगा डेसिमल, 1 2 3, 1 2 3 छड़ के इत्थे आ जाए। उवे ही लास्ट पार्ट 7.2 मीटर, 7.2 7.2 3 बार मल्टीप्लाई कीता 7.2 नू, आंसर आ जाएगा 373248, डेसिमल 3 डिजिट छड़ के इत्थे ला दोगे, ए आंसर आ जाएगा सेंटीमीटर क्यूब। सेंटीमीटर दे विच ए देखो ए लास्ट वाला ना मीटर हैगा, दिखाई नहीं दे रहा सी, ये सारे मीटर दे विच आणगे, इत्थे भी मीटर दा, ए भी मीटर, मीटर यूनिट ध्यान नाल लाणा, सेंटीमीटर दा सेंटीमीटर, मीटर है ता मीटर दा क्यूब लिखना। अगे चलते हां, वंस डिजिट ऑफ क्यूब ऑफ 7 इज, 7 दे क्यूब दे विच वंस दी डिजिट ते की आंदा, 3 आंदा, इथे आपा लिख दन्ने आ 3। वंस डिजिट ऑफ क्यूब ऑफ अ नंबर हैविंग 2 एट, कोई नंबर हैगा जिदी वंस प्लेस ते 2 हैगा, ओदे आंसर दे विच की आएगा 8, क्योंकि 2 दा क्यूब की हुंदा है 8, इथे लिख दन्ने आ जी 8। वॉल्यूम ऑफ अ क्यूब ऑफ साइड 5 सेंटीमीटर, 5 सेंटीमीटर क्यूब दा, 5 सेंटीमीटर का क्यूब लिया, ए आ जाएगा साडे कोल 5 मल्टीप्लाइड बाय 5 मल्टीप्लाइड बाय 5, 125 सेंटीमीटर क्यूब। हुण इत्थे वंस डिजिट दसनी है, पिछे अखीर दे विच 3 हैगा, 3 नू 3 बार जद मल्टीप्लाई करूंगे एंड दे विच की आंदा है 7 आंदा है, उही आपां इत्थे लिखना है, ए आ गया जी 7 आंसर। अगला हैगा, हाउ मेनी क्यूब्स ऑफ साइड 1 सेंटीमीटर विल फॉर्म अ क्यूब ऑफ साइड 2 सेंटीमीटर, यानी 1 सेंटीमीटर दे किन्ने क्यूब आपा जोड़ के बना सकते हैं ताकि 2 सेंटीमीटर दी साइड दा एक क्यूब बन जाए। देखो जे 1 सेंटीमीटर साइड दा क्यूब है ओदा वॉल्यूम किन्ना हो जाएगा, 1 मल्टीप्लाइड बाय 1 मल्टीप्लाइड बाय 1, 1 दा क्यूब 1, जे 2 सेंटीमीटर दा हैगा है, ताकि किन्ने क्यूब लगनगे, ओदा वॉल्यूम कढ लांगे 8, ए आ जाए। जे तुसी एदा भी देखो, ए मान लो थोड़े कोल एदा करके जोड़िया होया 2 सेंटीमीटर दा चाहिदा है तुहानू एक क्यूब, ते एदे विचों किन्ने डब्बे निकलनगे, थल्ले 4 उत्ते भी 4, वो आ गया 8। वट इज द वंस प्लेस डिजिट इन, एदे विच वंस प्लेस डिजिट की हैगी है, ए तुसी मैनू कमेंट सेक्शन दे विच जरूर दस्यो की आंसर हैगा है, जे तुहानू एक्सरसाइज समझ आ गई है, ਇਹਦਾ ਆਨਸਰ ਇੱਥੇ ਕਿਤੇ ਲੁਕਿਆ ਹੋਇਆ। ਤੇ ਆਪਾਂ ਹੁਣ ਅਗਲੀ ਕਲਾਸ ਦੇ ਵਿੱਚ ਮਿਲਾਂਗੇ, ਜੇ ਵੀਡੀਓ ਵਧੀਆ ਲੱਗੀ ਤੇ ਸਮਝ ਆ ਗਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਵੀ ਦੇ ਦਿਓ ਮੈਨੂੰ, ਆਪਾਂ ਫੇਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।